ਕਿਸਾਨ ਦੋਸਤੋ ਜਿਵੇਂ ਕਿ ਤੁਹਾਡੇ ਆਪਣੇ ਚੈਨਲ ਮੇਰੀ ਖੇਤੀ ਮੇਰਾ ਕਿਸਾਨ ਜਾਂ ਫੇਸਬੁੱਕ ਪੇਜ ਮੇਰਾ ਪੰਜਾਬ ਮੇਰਾ ਕਿਸਾਨ ਵੱਲੋਂ ਤੁਹਾਨੂੰ ਕਾਫੀ ਦੇਰ ਤੋਂ ਵੇਰ ਕੀਤਾ ਜਾ ਰਿਹਾ ਹੈ ਕਿ ਵੱਖ-ਵੱਖ ਖੋਜ ਸੰਸਥਾਨ ਜਿਹੜੇ ਹੈਗੇ ਆ ਉਹ ਇਹ ਦੱਸ ਰਹੇ ਹੈ ਕਿ ਨੈਨੋ ਯੂਰੀਆ ਦਾ ਝਾੜ ਦੇ ਨਾਲ ਉਲਟਾ ਅਸਰ ਪੈ ਰਿਹਾ ਜੇਕਰ ਅਸੀਂ ਰਿਕਮੈਂਡਡ ਮਾਤਰਾ ਚ ਨੂੰ ਵਰਤਦੇ ਹਾਂ ਝਾੜ ਘਟ ਰਿਹਾ ਹੈ ਤਾਂ ਇਸੇ ਸਬੰਧੀ ਇੱਕ ਸਟੱਡੀ ਜਿਹੜੀ ਹੈਗੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਆਈ ਹੈ ਕਹਿੰਦੇ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਆਪਣਾ ਜਨਵਰੀ 2024 ਦੀ ਜਿਹੜੀ ਚੰਗੀ ਖੇਤੀ ਜਾਂ ਪ੍ਰੋਗਰੈਸਿਵ ਫਾਰਮਿੰਗ ਮੈਗਜ਼ੀਨ ਇਹਨਾਂ ਦੀ ਇਹਦੇ ਵਿੱਚ ਇਹਨਾਂ ਨੇ ਇਹਦੇ ਬਾਰੇ ਛਾਪਿਆ ਤਾਂ ਇਹ ਜਿਹੜੀ ਜਨਵਰੀ 2024 ਵਾਲੀ ਚੰਗੀ ਖੇਤੀ ਮੈਗਜ਼ੀਨ ਹੈ ਇਸ ਦੇ ਇਹਨਾਂ ਨੇ ਇਹਦੇ ਵਿੱਚ ਇੱਕ ਲੇਖ ਛਾਪਿਆ ਜਿਹਦੇ ਵਿੱਚ ਲਿਖਿਆ ਨੈਨੋ ਨਾਈਟ੍ਰੋਨ ਖਾਦਾਂ ਹਕੀਕਤ ਬਨਾਮ ਦਾਵੇ 15 ਨੰਬਰ ਪੇਜ ਤੇ ਹੈ ਜੀ ਜੇਕਰ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਹੈ ਜਾਂ ਕੋਈ ਭਰੋਸਾ ਨਹੀਂ ਹੈ ਤਾਂ ਇਹਨੂੰ ਦੇਖ ਸਕਦਾ ਨੈਨੋ ਨਾਈਟ੍ਰੋਨ ਖਾਦਾਂ ਕੀਕਤ ਬਣਾਣ ਬਨਾਮ ਦਾਵੇ ਤਾਂ ਇਹਦੇ ਵਿੱਚ ਇਹਨਾਂ ਨੇ ਕੀ ਕਿਹਾ ਆਪਾਂ ਇਹ ਆਪਾਂ ਇੱਥੇ ਦੇਖਦੇ ਹਾਂ ਸਭ ਤੋਂ ਪਹਿਲੀ ਗੱਲ ਦੇਖੋ ਝਾੜ ਤਾਂ ਇੱਕ ਪਾਸੇ ਗੱਲ ਹੈ ਠੀਕ ਹੈ ਝਾੜ ਤਾਂ ਇਹਨਾਂ ਨੇ ਕਹਿਤਾ ਕਿ ਵੀ ਜੇਕਰ ਅਸੀਂ ਆਪਾਂ ਪੂਰੀ ਡਿਟੇਲ 'ਚ ਗੱਲ ਕਰਾਂਗੇ ਕਿਉਂਕਿ ਤੁਹਾਨੂੰ ਇਹਦੀ ਇੱਕ ਇੱਕ ਚੀਜ਼ ਸਮਝਣੀ ਜ਼ਰੂਰੀ ਹੈ ਜਿਹੜੇ ਇੱਥੇ ਵੀਡੀਓ ਛੱਡਣੀ ਚਾਹੁੰਦੇ ਆ ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਦੇਖੋ ਝਾੜ ਦਾ ਤੇ ਇਹਨਾਂ ਨੇ ਇਹ ਕਿਹਾ ਕਿ ਝੋਨੇ ਦੇ ਵਿੱਚ 13% ਤੇ ਕਣਕ ਦੇ ਵਿੱਚ 21% ਝਾੜ ਘਟਦਾ ਹੈ ਜੇਕਰ ਦੋ ਸਪਰੇ ਨੈਨੋ ਯੂਰੀਆ ਦੇ ਕਰੀਏ ਤੇ ਯੂਰੀਆ ਅੱਧੀ ਕਰਤੀਏ ਤਾਂ ਪਰਪਰਤੂ ਇਹਦੇ ਨਾਲ ਇੱਕ ਸਵਾਲ ਹੋਰ ਖੜਾ ਕੀਤਾ ਇਹਨਾਂ ਨੇ ਉਹ ਸਵਾਲ ਇਹ ਹੈ ਕਿ ਜਿਹੜੇ ਖੇਤ ਦੇ ਵਿੱਚ ਜ਼ਮੀਨ 'ਚ ਪਾਉਣ ਵਾਲੀ ਯੂਰੀਆ ਘਟਾ ਦਿੱਤੀ ਤੇ ਦੋ ਸਪਰੇ ਨੈਨੋ ਯੂਰੀਆ ਦੇ ਕੀਤੇ ਜਿਵੇਂ ਕਿ ਇਫਕੋ ਨੇ ਕਿਹਾ ਸੀ ਕਿਉਂਕਿ ਇਹ ਜਿਹੜਾ ਰਿਸਰਚ ਸੀਗੀ ਇਹ ਇਫਕੋ ਦੁਆਰਾ ਹੀ ਵਿੱਤੀ ਸਹਾਇਤਾ ਪ੍ਰਾਪਤ ਸੀਗੀ ਇਫਕੋ ਨੇ ਇਹਨਾਂ ਨੂੰ ਪੈਸੇ ਦਿੱਤੇ ਸੀਗੇ ਤੁਸੀਂ ਇਹ ਤੇ ਖੋਜ ਕਰਕੇ ਸਾਨੂੰ ਦੱਸੋ ਤਾਂ ਦੋ ਸਾਲ ਇਹਨਾਂ ਨੇ ਤਿਆਰਪਾ ਕੀਤਾ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਛੋਨੇ ਦੇ ਚੌਲ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ 17% ਘਟ ਜਾਂਦੀ ਹੈ ਤੇ ਕਣਕ ਦੇ ਵਿੱਚ ਦਾਣੇ ਵਿੱਚ ਨਾਈਟ੍ਰੋਜਨ ਦੀ ਮਾਤਰਾ 11.5% ਘਟ ਜਾਂਦੀ ਹੈ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਕਿਉਂਕਿ ਇਹ ਨਾਈਟ੍ਰੋਜਨ ਘਟਣਾ ਮਤਲਬ ਕੀ ਹੈ ਕਿ ਸਿੱਧੀ ਸਿੱਧੀ ਪ੍ਰੋਟੀਨ ਦੀ ਮਾਤਰਾ ਘਟਣੀ ਮਤਲਬ ਕਿ ਸਾਡੇ ਇੱਥੇ ਦੇਖੋ ਜਿਹੜੇ ਆਮ ਲੋਕ ਹੈ ਬਹੁਤ ਹੀ ਜਨਸੰਖਿਆ ਸਾਡੀ ਜਿਹੜੀ ਹੈਗੀ ਹੈ ਗਰੀਬੀ ਰੇਖਾ ਤੋਂ ਥੱਲੇ ਜਾਂ ਗਰੀਬੀ ਰੇਖਾ ਦੇ ਨੇੜੇ ਹੈ ਜਿਨ੍ਹਾਂ ਨੇ ਪ੍ਰੋਟੀਨ ਆਸਤੇ ਮੀਟ ਅੰਡਾ ਮਛਲੀ ਜਾਂ ਬਾਦਾਮ ਜਾਂ ਹੋਰ ਚੀਜ਼ਾਂ ਜਿਹੜੀਆਂ ਪ੍ਰੋਟੀਨ ਸੋਇਆਬੀਨ ਹੈ ਜਾਂ ਹੋਰ ਪ੍ਰੋਟੀਨ ਦੇ ਸੋਰਸਸ ਨੇ ਜੋ ਮਹਿੰਗੇ ਸੋਰਸਸ ਨੇ ਉਹਨਾਂ ਤੋਂ ਉਹ ਕੋਈ ਨਹੀਂ ਖਾਂਦਾ ਇੱਥੇ ਸਿੱਧਾ ਜਾਂ ਕੰਮ ਹੁੰਦਾ ਕਿ ਸਵੇਰੇ ਉੱਠ ਕੇ ਚਾਰ ਰੋਟੀਆਂ ਢਿੱਡ ਚ ਪਾਈਆਂ ਚਾਰ ਰੋਟੀਆਂ ਦੁਪਹਿਰੇ ਖਾਧੀਆਂ ਚਾਰ ਪੰਜ ਰੋਟੀਆਂ ਸ਼ਾਮ ਨੂੰ ਖਾਧੀਆਂ ਉਸੇ ਦੇ ਨਾਲ ਹੀ ਕਾਰਬੋਹਾਈਡਰੇਟ ਪੂਰਾ ਹੋਣਾ ਉਹਦੇ ਨਾਲ ਹੀ ਪ੍ਰੋਟੀਨ ਪੂਰਾ ਹੋਣਾ ਹੈ ਜੇ ਦਾਣਿਆਂ 'ਚ ਨਾਈਟ੍ਰੋਜਨ ਦੀ ਘਾਟ ਆ ਗਈ ਤੇ ਭਾਰਤੀ ਇੱਕ ਬਹੁਤ ਵੱਡੀ ਜਨਸੰਖਿਆ ਜਿਹੜੇ 'ਚ ਪ੍ਰੋਟੀਨ ਦੀ ਤੇ ਕਾਰਬੋਹਾਈਡਰੇਟ ਦੀ ਘਾਟ ਆ ਜੂਗੀ ਤੇ ਊਰਜਾ ਦੀਆਂ ਲੋੜਾਂ ਪੂਰੀਆਂ ਨਹੀਂ ਹੋਣੀਆਂ ਇੱਕ ਵੱਡਾ ਸੰਕਟ ਖੜਾ ਹੋ ਜਾਏਗਾ ਇਹਦੇ ਵੱਲ ਵੀ ਧਿਆਨ ਇਹਨਾਂ ਨੇ ਅਕਸ਼ਰ ਕੀਤਾ ਆ بڑا ਫਰੋਗੇ ਤਾਂ ਜੇ ਹੁਣ ਆਪਾਂ ਇਸ ਨੂੰ ਦੇਖੀਏ ਤਾਂ ਦੇਖੋ ਰਜੀਵ ਸਿੱਕਾ ਤੇ ਅਣੂ ਕਾਲੀਆ ਇਹਨਾਂ ਭੂਮੀ ਵਿਗਿਆਨ ਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇਹਨਾਂ ਨੇ ਕਿਹਾ ਕਿ ਦੇਖੋ ਦੁਨੀਆ ਭਰ ਦੇ ਜਿਹੜੇ ਐਗਰੋ ਨੈਨੋ ਵਿਗਿਆਨੀ ਐ ਇਹਨਾਂ ਨੇ ਨਵੀਆਂ ਖਾਦਾਂ ਨਵੇਂ ਫਾਰਮੂਲੇ ਵਿਕਸਤ ਸ਼ੁਰੂ ਕਰਦੇ ਕਰਨੇ ਕਰਤੇ ਐ ਤਾਂ ਇਹੋ ਜਿਹੇ ਨੈਨੋ ਫਾਰਮੂਲੇਸ਼ਨ ਤਿਆਰ ਕੀਤੇ ਐ ਜਿਹਦੇ ਕੇ ਨਾਲ ਤੁਹਾਡੇ ਜਿਹੜੀ ਕਾਰਜਕੁਸ਼ਲਤਾ ਜ਼ਿਆਦਾ ਹੋਵੇ ਘੱਟ ਮਾਤਰਾ ਚ ਵੱਧ ਕੰਮ ਕਰਨਾ ਇਸੇ ਤਰੀਕੇ ਦੇ ਨਾਲ ਜਿਵੇਂ ਅਸੀਂ ਹੁਣ ਅੱਗੇ ਕੀ ਕਰਦੇ ਸੀਗੇ ਅੱਗੇ ਅਸੀਂ ਸਾਡੇ ਕੋਲੇ ਨਾਈਟ੍ਰੋਜਨ ਤੇ ਕਈ ਸਾਰੀਆਂ ਖਾਦਾਂ ਵਰਤੇ ਸੀਗੇ ਤੇ ਡੀਏਪੀ ਚੋਂ ਨਾਈਟ੍ਰੋਜਨ ਮਿਲ ਜਾਂਦੀ ਹੈ ਅਮੋਨੀਅਮ ਨਾਈਟ੍ਰੇਟ ਕੈਲਸ਼ੀਅਮ ਅਮੋਨੀਅਮ ਅਮੋਨੀਅਮ ਨਾਈਟ੍ਰੇਟ ਯੂਰੀਆ ਸਭ ਤੋਂ ਵੱਧ ਅਸੀਂ ਨਾਈਟ੍ਰੋਜਨ ਆਸਤੇ ਯੂਰੀਆ ਖਾਦ ਵਰਤਦੇ ਹਾਂ ਪ੍ਰੰਤੂ ਜਿਹੜੀ ਰਵਾਇਤੀ ਖਾਦਾਂ ਹੈਗੀਆਂ ਇਹਨਾਂ ਵਿੱਚ ਜਿਹੜੀ ਖਾਸ ਤੌਰ ਤੇ ਯੂਰੀਆ ਖਾਦ ਹੈਗੀ ਹੈ ਜੇ ਬਾਕੀ ਰਵਾਇਤੀ ਖਾਦਾਂ ਹੈ ਇਨਾਂ ਦੀ ਕੁਸ਼ਲਤਾ ਕੇਵਲ 35 ਤੋਂ 40% ਹੈ। ਇਹ ਇਹਨਾਂ ਦੀ ਕਮਜ਼ੋਰੀ ਹੈ ਕਿ 100 ਕਿਲੋ ਦੇ ਵਿੱਚੋਂ 35 ਤੋਂ 45 ਕਿਲੋ ਨੇ ਹੀ ਕੰਮ ਕਰਨਾ ਹੈ। ਠੀਕ ਹੈ। ਇਸੇ ਕਮਜ਼ੋਰੀ ਨੂੰ ਧਿਆਨ ਚ ਰੱਖਦੇ ਹੋਏ ਜਿਹੜੇ ਨੈਨੋ ਵਿਗਿਆਨੀ ਹੈ ਉਹਨਾਂ ਨੇ ਕਈ ਤਰੀਕੇ ਦੇ ਸੁੱਕੇ ਪਾਊਡਰ, ਪਲੇਟਡ ਤਰਲ ਫਾਰਮੂਲੇ ਤੇ ਹੋਰ ਇਨਕੈਪਸੂਲੇਟਡ ਕੈਪਸੂਲੇਟਡ ਰੂਪ ਦੀ ਜਿਹੜੀ ਹੈਗੀ ਕਲਪਨਾ ਕਰਨੀ ਸ਼ੁਰੂ ਕੀਤੀ। ਤੇ ਇਹਨਾਂ ਨੂੰ ਜਿਹੜਾ ਹੈਗਾ ਕਈ ਜਿਹੜੇ ਤਰੀਕੇ ਨਾਲ ਇਹਨਾਂ ਤਿਆਰਬੇ ਕੀਤੇ ਪਰੰਤੂ ਇਹਨਾਂ ਦਾ ਕਹਿਣਾ ਹੈ ਕਿ ਹੋਰ ਤਿਆਰਬੇ ਇਹਨਾਂ ਦੇ ਉੱਪਰ ਕਰਨੇ ਚਾਹੀਦੇ ਹੈ ਤੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦੇ ਯੋਗ ਤਰੀਕੇ ਨਾਲ ਯੋਜਨਾਵਾਂ ਤਰੀਕਿਆਂ ਨਾਲ ਜਿਹੜਾ ਹੈਗਾ ਕਿ ਲਾਗੂ ਕਰਨਾ ਚਾਹੀਦਾ ਤੇ ਇਹਦੀ ਜਿਹੜੀ ਕੁਸ਼ਲਤਾ ਦੀ ਬੰਤਰ ਇਹਨਾਂ ਦੀ ਬੰਤਰ ਦੀ ਕੁਸ਼ਲਤਾ ਨੂੰ ਯਕੀਨੀ ਬਣਾਇਆ ਜਾ ਸਕੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਕਹਿਣਾ ਹੈ ਕਿ ਜਦੋਂ ਜ਼ਮੀਨ ਦੇ ਵਿੱਚੋਂ 1 ਟਨ ਝੋਨਾ ਪੈਦਾ ਹੁੰਦਾ ਤਾਂ ਉਹ 20 ਕਿਲੋ ਨਾਈਟ੍ਰੋਜਨ ਖਾਂਦਾ ਹੈ 1 ਟਨ ਕਣਕ ਪੈਦਾ ਹੁੰਦੀ ਹੈ ਤਾਂ 25 ਕਿਲੋਗ੍ਰam ਨਾਈਟ੍ਰੋਜਨ ਖਾਂਦੀ ਹੈ ਠੀਕ ਹੈ ਤਾਂ ਇਹਦੀ ਜਿਹੜੀ ਹੈਗੀ ਸਹੀ ਤਰੀਕੇ ਦੇ ਨਾਲ ਕਿਉਂਕਿ ਕੁਸ਼ਲਤਾ ਵਧੇ ਨਾਈਟrogen ਜਿਹੜੀ ਹੈਗੀ ਵੱਧ ਤੋਂ ਵੱਧ ਕੰਮ ਕਰੇ ਇਹਦੇ ਕਰਕੇ ਵਿਗਿਆਨੀਆਂ ਨੇ ਖੇਤ ਦੇ ਵਿੱਚ ਯੂਰੀਆ ਦੇਣ ਦੇ ਤਰੀਕੇ ਜਿਹੜੇ ਹੈਗੇ ਦੱਸਿਓ ਕਿਤੇ ਦੋ ਵਾਰੀ ਆਪਾਂ ਪਾਉਣ ਲਈ ਕਿਹਾ ਹੈ ਜਾਂ ਕਿ ਤਿੰਨ ਵਾਈ ਛਿਟਾ ਦੇਣ ਆਸਤੇ ਕਿਹਾ ਗਿਆ ਹੈ ਪਰੰਤੂ 2021 ਦੇ ਵਿੱਚ IFCO ਨੇ ਭਾਰਤ ਦੇ ਵਿੱਚ ਨੈਨੋ ਯੂਰੀਆ ਉਤਾਰੀ ਜਿਹਨੂੰ ਇੱਕ ਚਿਟੋਸਨ ਬਾਇਓਪੋਲੀਮਰ ਆਧਾਰਿਤ ਐਂਡ ਕੈਪਸੂਲੇਟਡ ਯੂਰੀਆ ਖਾਦ ਕਹਿੰਦੇ ਆ ਜਿਹੜਾ ਤੁਸੀਂ ਇੱਥੇ ਪੜੋ ਚਾਰਟਸ ਨਾਈਟ੍ਰੋਜਨ ਹੁੰਦੀ ਹੈ ਇਹਦੇ ਦੋ ਸਪਰੇ ਕਰਨੇ ਹੁੰਦੇ ਆ ਅੱਧਾ ਲੀਟਰ ਨੂੰ ਸਵਾ ਲੀਟਰ ਪਾਣੀ ਚ ਪਾ ਕੇ ਇੱਕ ਵਾਰੀ ਇੱਕ ਸਪਰੇ ਫੇਰ ਕਰਨਾ ਪੈਂਦਾ ਇਫ ਕੋ ਦਾਵਾ ਕਰਦਾ ਹੈ ਕਿ ਤੁਸੀਂ ਜਿਹੜੀ ਥੱਲੇ ਪਾਉਣ ਵਾਲੀ ਯੂਰੀਆ ਉਹ ਅੱਧੀ ਕਰ ਦਿਓ ਦੋ ਵਾਰ ਸਪਰੇ ਕਰ ਦਿਓ ਝਾੜ ਪੂਰਾ ਮਿਲੇਗਾ ਤੇ ਨਾਲ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਸਾਡਾ ਅਸੀਂ ਇਹ ਜਿਹੜਾ ਚੀਜ਼ਾਂ ਤੋਂ ਤਿਆਰ ਕਰਦੇ ਹਾਂ ਸਾਰੀਆਂ ਬਾਇਓ ਡਿਗਰੇਡੇਬਲ ਹੈ ਤੇ ਇਹਦਾ ਇਕੋ ਸਿਸਟਮ ਸਿਸਟਮ ਤੇ ਕੋਈ ਮਾੜਾ ਪ੍ਰਭਾਵ ਨਹੀਂ ਪਰੰਤੂ ਯੂਨੀਵਰਸਿਟੀ ਤੇ ਲਿਖਦੀ ਹੈ ਇਹਨੂੰ ਪੜ੍ਹੋ ਤੁਸੀਂ ਹਾਲਾਂਕਿ ਚਿਟੋਸਨ ਜੋ ਕਿ ਇੱਕ ਕਿਸਮ ਦੀ 슈ਗਰ ਹੈ ਮੁੱਖ ਤੌਰ ਤੇ ਝੀਂਗਾ ਵਰਗੇ ਕਠੋਰ ਜੰਤੂ ਦੇ ਬਾਹਰੀ ਛੱਲ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਚੀਟੋਸਨ ਦੀ ਲਾਗਤ ਅਤੇ ਲਗਾਤਾਰ ਸਪਲਾਈ ਵੀ ਇੱਕ ਇੱਕ ਵਿਹਾਰਿਕ ਸਵਾਲ ਖੜੇ ਕਰਦੀ ਹੈ। ਤਾਂ ਉਹਦੀ ਵਿਹਾਰਿਕਤਾ ਦੇ ਉੱਤੇ ਹੀ ਸਵਾਲ ਖੜੇ ਕਰ ਰਹੀ ਹੈ। ਪ੍ਰੰਤੂ ਰਿਜ਼ਲਟ ਕੀ ਨਿਕਲਿਆ ਜੇ ਤੁਸੀਂ ਉਹ ਦੇਖੋ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਆਨਾਂ ਦਾ ਕਹਿਣਾ ਹੈ ਕਿ ਅਸੀਂ IFCO ਨੇ ਦੇ ਦੋ ਦੁਆਰਾ ਵਿੱਤੀ ਹਿਸਾਬ ਦਾ ਪ੍ਰਾਪਤਿਕ ਪ੍ਰੋਜੈਕਟ ਕੀਤਾ ਜਿਹੜਾ ਕਿ ਭੂਮੀ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਿਹੜਾ ਹੈ ਪੀਏਯੂ ਦੇ ਖੋਜ ਫਾਰਮਾਂ ਦੇ ਵਿੱਚ ਕਣਕ ਅਤੇ ਝੋਨੇ ਦੇ ਵਿੱਚ 2 ਸਾਲ ਲਗਾਤਾਰ ਪ੍ਰਯੋਗ ਕੀਤੇ। 2 ਸਾਲ ਦੇ ਵਿੱਚ ਇਹਨਾਂ ਨੇ ਕੀ ਕੀਤਾ? ਜਿੰਨੀ ਟੋਟਲ ਯੂਰੀਆ ਦੇਣੀ ਹੈ ਯੂਰੀਆ ਅੱਧੀ ਛਿੱਟੇ ਨਾਲ ਦੇਤੀ ਤੇ ਦੋ ਸਪੇ ਨੇ ਇਹਨਾਂ ਨੂੰ ਯੂਰੀਆ ਦੇ ਕਰਤੇ ਉੱਤੇ ਜਿਵੇਂ ਇਸ ਕੋ ਵਾਲਿਆਂ ਨੇ ਕਿਹਾ ਸੀਗਾ। ਤੇ ਇਹਦੇ ਨਾਲ ਇਹਨਾਂ ਨੇ ਕਿਹਾ ਹੈ ਕਿ ਜਦੋਂ ਇਹਨਾਂ ਨੇ ਦੇਖਿਆ ਤਾਂ ਝੋਨੇ ਦਾ ਝਾੜ 13% ਘਟ ਗਿਆ। ਕੱਲਾ ਝਾੜ ਹੀ ਨਹੀਂ ਘਟਿਆ। ਚੌਲ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ 17% ਤਾਂ ਘਟ ਗਈ। ਜਿਹੜਾ ਚੱਕਰ ਅਗੇ ਪ੍ਰੋਟੀਨ ਨਾਲ ਸੰਬੰਧਿਤ ਹੈ। ਇਸੇ ਤਰੀਕੇ ਨਾਲ ਕਣਕ ਦਾ ਝਾੜ 21% ਘਟ ਗਿਆ ਤੇ ਕਣਕ ਦੇ ਦਾਣੇ 'ਚ ਨਾਈਟ੍ਰੋਜਨ ਦੀ ਮਾਤਰਾ 11.5% ਘਟ ਗਈ ਜਿਹਦਾ ਫੇਰ ਸਵਾਲ ਜਿਹੜਾ ਸਬੰਧ ਹੈਗਾ ਟੌਰੀ ਪ੍ਰੋਟੀਨ ਦੇ ਨਾਲ ਹੈ ਤਾਂ ਕੁੱਲ ਮਿਲਾ ਕੇ ਇਹਨਾਂ ਦਾ ਕਹਿਣਾ ਹੀ ਹੈਗਾ ਕਿ ਇਹਨੂੰ ਜੇ ਅਸੀਂ ਇਸਤੇਮਾਲ ਕਰਦੇ ਹਾਂ ਤੇ ਇਹਦੇ ਨਾਲ ਝਾੜ ਘਟਦਾ ਹੈ ਹੁਣ ਰਹੀਗਾ ਤੁਹਾਡੇ ਕੋਲੇ ਇਹ ਪੰਜਾਬ ਖੇਤੀਬਾੜ ਯੂਨੀਵਰਸਿਟੀ ਲੁਧਿਆਣਾ ਦਾ ਕਹਿਣਾ ਹੈ ਕਿ ਹਜੇ ਏਰੀਆ ਤੇ ਹੋਰ ਰਿਸਰਚ ਕਰਨ ਦੀ ਲੋੜ ਹੈ ਇਹਨੂੰ ਲੰਮੇ ਚੌੜੇ ਏਰੀਆ 'ਚ ਟ੍ਰਾਇਲ ਹੋਰ ਕਰਨੇ ਚਾਹੀਦੇ ਆ ਤਾਂ ਕੁੱਲ ਮਿਲਾ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਸਾਫ਼ ਤੇ ਸਪਸ਼ਟ ਕਰਤਾ ਹੈ ਕਿ ਜਿਵੇਂ ਇਹ ਕੋ ਕਹਿੰਦੀ ਹੈ ਜੇ ਅਸੀਂ ਉਸ ਤਰੀਕੇ ਦੇ ਹਸਾਬ ਦੇ ਨਾਲ ਇਹ ਤੇ ਸਪਰੇਅ ਕਰਦੇ ਆ ਤਾਂ ਇਹਦੇ ਨਾਲ ਭਾਈ ਕਣਕ ਦਾ 21% ਤੱਕ ਝਾੜ ਘਟ ਸਕਦਾ ਹੈ ਤੇ ਰਹੀ ਗੱਲ ਜਿਹੜੀ ਹੈਗੀ ਹੈ ਕਿ ਬਾਜ਼ਾਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਾਫ਼ ਕਰ ਚੁੱਕੀ ਹੈ ਕਿ ਇਹਨੂੰ ਕਣਕ ਤੇ ਝੋਨੇ ਦੇ ਉੱਤੇ ਸਪਾਰਸ਼ ਨਹੀਂ ਕੀਤਾ ਜਾ ਸਕਦਾ ਇਹ ਦੀਆਂ ਜਿਹੜਾ ਹੈਗਾ ਹਜੇ ਕਈ ਸਾਲ 5-6 ਸਾਲ ਖੋਜ ਹੋਰ ਹੋਣੀ ਚਾਹੀਦੀ ਹੈ ਬਾਜ਼ਾਰ ਦੀ ਗੱਲ ਟੈਗਿੰਗ ਕਰਨਾ ਅਪਰਾਧ ਹੈ ਪੰਜਾਬ ਦੇ ਖੇਤੀਬਾੜੀ ਮੰਤਰੀ ਖੁਦ ਕਹਿ ਚੁੱਕੇ ਐ ਕਿ ਨੈਨੋ ਯੂਰੀਆ ਕੋਈ ਵੀ ਧੱਕੇ ਨਾਲ ਨਹੀਂ ਵੇਚ ਸਕਦਾ ਜੇ ਫਿਰ ਵੀ ਤੁਸੀਂ ਜਿਹੜਾ ਹੈਗਾ ਇਸ ਤਰ੍ਹਾਂ ਤੁਹਾਡੇ ਨਾਲ ਹੁੰਦਾ ਤਾਂ ਤੁਸੀਂ ਅਜਿਹੀ ਸ਼ਿਕਾਇਤ ਕਰੋ ਲਿਖਤੀ ਸ਼ਿਕਾਇਤ ਕਰੋ ਜਿਨ੍ਹਾਂ ਨੂੰ ਐਕਟੀ ਧੱਕੇ ਨਾਲ ਮਿਲੀ ਹੈ ਉਹਦਾ ਵਿਰੋਧ ਦਰਜ ਕਰਾਓ ਤੁਸੀਂ ਵਿਰੋਧ ਦਰਜ ਕਿਉਂ ਨਹੀਂ ਕਰਾਉਂਦੇ ਖੇਤੀਬਾੜੀ ਮਹਿਕਮੇ ਨੂੰ ਦਰਜ ਕਰਾਓ ਤੁਸੀਂ ਕਹਿ ਰਹੇ ਹੋ ਸਰਕਾਰ ਧੱਕਾ ਨਾ ਦਿੰਦੀ ਹੈ ਜਦੋਂ ਪੰਜਾਬ ਦਾ ਖੇਤੀਬਾੜੀ ਮੰਤਰੀ ਕਹਿ ਰਿਹਾ ਹੈ ਕਿ ਕੋਈ ਇਹਨੂੰ ਧੱਕੇ ਨਾਲ ਨਹੀਂ ਵੇਚ ਸਕਦਾ ਫੇਰ ਇਹ ਤੁਹਾਡੇ ਕੋਲ ਤੱਕੇ ਨਾਲ ਪਹੁੰਚ ਕਿਉਂ ਰਹੀ ਹੈ ਇਹ ਹੁਣ ਤੁਸੀਂ ਜਾਣੋ ਇਹ ਤੁਹਾਡੀ ਜਾਣਕਾਰੀ ਹੈ ਤੇ ਦੋਸਤੋ